ਕੇਜਰੀਵਾਲ ਸਾਹਿਬ ਨਾਲ ਜਿਹੜਾ ਜਿਸ ਤਰ੍ਹਾਂ ਸਰਕਾਰ ਵਿਹਾਰ ਕਰ ਰਹੀ ਹੈ ਉਹ ਧੱਕਾ ਹੈਗਾ ਆ, ਇਹ ਨਹੀਂ ਹੋਣਾ ਚਾਹੀਦਾ। ਸਰਕਾਰ ਜਿਹੜੀ ਸਿਆਸੀ ਜਿਹੜੀ ਬਦਲਾਖੋਰੀ ਦੀ ਭਾਵਨਾ ਹੈਗੀ ਆ ਨਹੀਂ ਹੋਣੀ ਚਾਹੀਦੀ। ਜੇ ਕੋਈ ਬੰਦੇ ਨੇ ਕਸੂਰ ਕੀਤਾ, ਜੇ ਕੋਈ ਕਸੂਰਵਾਰ ਹੈ, ਕੋਰਟ ਫੈਸਲਾ ਕਰੂਗੀ। ਇਹ ਜਿਸ ਤਰ੍ਹਾਂ ਚੋਣਾਂ ਦੇ ਨੇੜੇ ਉਹਨੂੰ ਪ੍ਰਚਾਰ ਕਰਨ ਤੋਂ ਰੋਕਣਾ, ਸਿਆਸੀ ਸਰਗਰਮੀਆਂ ਨੂੰ ਰੋਕਣਾ, ਇਹ ਕਾਨੂੰਨੀ ਤੌਰ 'ਤੇ ਗਲਤ ਹੈ, ਸੰਵਿਧਾਨਕ ਤੌਰ 'ਤੇ ਗਲਤ ਹੈਗਾ। ਮੌਜੂਦਾ ਸੱਤਾ ਹੈਗੀ ਕੇਂਦਰ ਵਿੱਚ ਜਿਹੜੀ ਦੇਸ਼ ਫਿਰਕੂ ਵੰਡ ਕਰ ਰਹੀ ਹੈ, ਦੇਸ਼ ਨੂੰ ਲੁੱਟ ਰਹੀ ਹੈ, ਲੁਟਵਾ ਰਹੀ ਹੈ ਆਪਣੇ ਕਾਰਪੋਰੇਟ ਯਾਰਾਂ ਦੇ ਕੋਲ, ਔਰ ਇੱਕ ਰਾਜਨੀਤਿਕ ਤਾਨਾਸ਼ਾਹੀ ਜਿੰਨੀਆਂ ਸੰਸਥਾਵਾਂ ਨੇ ਸਭ ਨੂੰ ਵਰਤ ਕੇ ਆਪਣੇ ਵਿਰੋਧੀਆਂ ਦੇ ਖਿਲਾਫ ਜੋ ਇੱਕ ਬਹੁਤ ਨਫ਼ਰਤੀ ਮੁਹਿੰਮ ਚਲਾ ਰਹੀ ਹੈ, ਜੋ ਜ਼ਬਰਦਸਤੀਆਂ ਕਰ ਰਹੀ ਹੈ, ਜ਼ੋਰ ਜ਼ਬਰਦਸਤੀਆਂ ਕਰ ਰਹੀ ਹੈਗੀ, ਔਰ ਜਿਹੜੀ ਸਾਰੇ ਮੁਲਕ ਨੂੰ ਧਰਮਾਂ ਵਿੱਚ ਵੰਡ ਕੇ ਮੁਲਕ ਦਾ ਸਫੇਦ ਜਿਹੜਾ ਫਿਰਕੂ ਤਾਣਾ ਬਾਣਾ ਉਹਨੂੰ ਤਬਾਹ ਕਰ ਰਹੀ ਹੈਗੀ, ਔਰ ਮੁਲਕ ਨੂੰ ਇੱਕ ਵਿਸ਼ੇਸ਼ ਦਿਸ਼ਾ ਵਿੱਚ ਲਿਜਾ ਕੇ ਇਹ ਜਿਹੜਾ ਮੁਲਕ ਦੇ ਸੰਵਿਧਾਨ ਦੇ ਜਿਹੜਾ ਢਾਂਚਾ ਹੈਗਾ ਹੈ ਉਹਨੂੰ ਖਤਮ ਕਰਨ ਦੇ ਤੁਲੀ ਹੋਈ ਹੈਗੀ ਹੈ। ਅੱਜ ਉਸ ਦੇ ਖਿਲਾਫ ਇਹ ਜਿਹੜਾ 24 ਦਾ ਇਲੈਕਸ਼ਨ ਹੈ, ਕਿਤੇ ਇੱਕ ਬੜਾ ਫੈਸਲਾ ਕੌਣ ਇਲੈਕਸ਼ਨ ਹੈ, ਸਾਡੇ ਸੰਵਿਧਾਨ ਨੂੰ ਬਚਾਉਣ ਦਾ ਸਵਾਲ ਹੈ, ਸੰਵਿਧਾਨਕ ਹੱਕਾਂ ਨੂੰ, ਬੋਲਣ ਦੇ ਹੱਕ ਨੂੰ, ਲਿਖਣ ਦੇ ਹੱਕ ਨੂੰ, ਮੀਡੀਆ ਦੀ ਆਜ਼ਾਦੀ ਨੂੰ, ਈਵਨ ਤੁਹਾਡੀ ਆਜ਼ਾਦੀ ਵਾਸਤੇ ਵੀ ਇਹ ਬਹੁਤ ਮਹੱਤਵਪੂਰਨ ਇਲੈਕਸ਼ਨ ਹੈਗਾ ਹੈ। ਸੋ ਇਸ ਕਰਕੇ ਇਲੈਕਸ਼ਨ ਜ਼ੋਰ ਸ਼ੋਰ ਨਾਲ ਲੜਾਂਗੇ, ਔਰ ਸੰਨ 24 'ਚ ਇਸ ਮੌਜੂਦਾ ਭਾਜਪਾ ਦੀ ਸੱਤਾ ਹੈਗੀ ਹੈ ਉਹਨੂੰ ਲੀਹੋਂ ਲਾ ਕੇ, ਉਹਨੂੰ ਗੱਦੀਓਂ ਲਾ ਕੇ ਇੱਕ ਵਧੀਆ ਹਿੰਦੁਸਤਾਨ, ਇੱਕ ਸਭ ਦਾ ਸਾਂਝਾ ਹਿੰਦੁਸਤਾਨ, ਸਭ ਲਈ ਖੁਸ਼ਹਾਲ ਹਿੰਦੁਸਤਾਨ, ਔਰ ਸੰਵਿਧਾਨ ਦੇ ਅਨੁਸਾਰ ਚੱਲਣ ਵਾਲਾ, ਕਾਨੂੰਨ ਦੇ ਅਨੁਸਾਰ ਚੱਲਣ ਵਾਲਾ ਹਿੰਦੁਸਤਾਨ ਇਹਨਾਂ ਧੱਕੇਸ਼ਾਹੀ ਨੂੰ ਖਤਮ ਕਰਕੇ ਅਸੀਂ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਜਿਸ ਤਰ੍ਹਾਂ ਮੌਸਮ ਨੇ ਕਰਵਟ ਬਦਲੀ, ਪੰਜਾਬ ਦੇ ਵਿੱਚ ਕਿਸਾਨਾਂ ਦੀ ਫਸਲਾਂ ਗੜੇ ਮਾਰੀ, ਤੂਫਾਨ ਨਾਲ ਭਾਰੀ ਨੁਕਸਾਨ ਹੋਇਆ, ਤੁਸੀਂ ਕੀ ਮੰਗ ਕਰਦੇ ਦੋਨੋਂ? ਮੈਂ ਮੰਗ ਕਰਦਾ ਕਿ ਇਹਨਾਂ ਨੂੰ ਫੌਰੀ ਮੁਆਵਜ਼ਾ ਦਿੱਤਾ ਜਾਵੇ, ਜਿਵੇਂ ਭਗਵੰਤ ਮਾਨ ਹੁਣੀ ਕਹਿੰਦੇ ਸੀਗੇ ਕਿ ਗਦਾਵਰੀਆਂ ਬਾਅਦ 'ਚ ਹੁੰਦੀਆਂ ਰਹਿਣਗੀਆਂ, ਅਸੀਂ ਪਹਿਲਾਂ ਮੁਆਵਜ਼ਾ ਪਹਿਲਾਂ ਦੇਵਾਂਗੇ। ਉਹਨਾਂ ਨੂੰ ਆਪਣੇ ਸ਼ਬਦਾਂ ਦੇ ਖੜੇ ਖਰੇ ਉਤਰਨਾ ਚਾਹੀਦਾ ਹੈਗਾ, ਔਰ ਕਿਸਾਨ ਜਿਹੜਾ ਪਹਿਲਾਂ ਹੀ ਮੁਸੀਬਤਾਂ ਮਾਰਿਆ, ਜਿਹੜਾ ਪਹਿਲਾਂ ਹੀ ਕਰਜ਼ਈ ਹੈਗਾ, ਜਿਹੜਾ ਪਹਿਲਾਂ ਹੀ ਬੜੇ ਸੰਕਟਾਂ ਦਾ ਸ਼ਿਕਾਰ ਹੈਗਾ, ਖੁਦਕਸ਼ੀਆਂ ਕਰ ਰਿਹਾ ਪਹਿਲਾਂ ਹੀ, ਇੱਕ ਤੋਂ ਬਾਅਦ ਦੂਜੀ ਫਸਲ ਲਗਾਤਾਰ ਨੁਕਸਾਨੀ ਜਾ ਰਹੀ ਹੈ, ਉਹਨਾਂ ਦੀ ਬਾਂਹ ਫੜਨੀ ਚਾਹੀਦੀ ਸਰਕਾਰ ਨੂੰ, ਔਰ ਆਪਣੇ ਖਜ਼ਾਨੇ ਦਾ ਮੂੰਹ ਕਿਸਾਨਾਂ ਵਾਸਤੇ ਖੋਲ੍ਹਣਾ ਚਾਹੀਦਾ ਜੀ। ਡਾਕਟਰ ਸਾਹਿਬ, ਤੁਹਾਡਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਲ ਹੈ ਜਾਂ ਤਿੰਨ ਪਾਰਟੀਆਂ ਤੁਹਾਡੇ ਮੁਕਾਬਲੇ? ਮੇਰਾ ਮੁਕਾਬਲਾ ਤਿੰਨਾਂ ਨਾਲ ਹੈ ਜੀ। ਹਰ ਇੱਕ ਨੇ ਆਪਣੇ ਨੈਗੇਟਿਵ ਪੁਆਇੰਟ, ਪੋਜ਼ਿਟਿਵ ਪੁਆਇੰਟ, ਚੰਗੀਆਂ ਮਾੜੀਆਂ ਗੱਲ ਲੈ ਕੇ ਜਾਣੀ ਹੈਗੀ ਹੈ। ਮੇਰਾ ਆਪਣਾ ਸਿਆਸੀ ਕਿਰਦਾਰ, ਮੇਰਾ ਆਪਣਾ ਸਮਾਜਿਕ ਕਿਰਦਾਰ, ਮੇਰਾ ਆਪਣਾ ਪਰਿਵਾਰਕ ਪਿਛੋਕੜ, ਮੇਰੀ ਲੋਕਾਂ ਦੀ 50 ਸਾਲ ਦੀ ਜਿਹੜੀ ਸਮਾਜ ਸੇਵਾ ਹੈਗੀ, ਡਾਕਟਰੀ ਕਿੱਤੇ ਰਾਹੀਂ, ਸੋਸ਼ਲ ਸਰਵਿਸ ਰਾਹੀਂ, ਸਿਆਸੀ ਸੇਵਾ ਰਾਹੀਂ, ਜੋ ਪਿਛਲੇ 5 ਸਾਲਾਂ ਦੀ ਮੇਰੀ ਪ੍ਰਾਪਤੀ ਹੈਗੀਆਂ, ਮੈਂ ਉਹ ਲੈ ਕੇ ਜਾਊਂਗਾ। ਅਤੇ ਇਹ ਲੋਕ ਆਪਣਾ ਆਪਣਾ ਪਰਿਵਾਰਕ ਪਿਛੋਕੜ, ਆਪਣਾ ਆਪਣਾ ਨਿੱਜੀ ਕਿਰਦਾਰ, ਆਪਣੀਆਂ ਆਪਣੀਆਂ ਪ੍ਰਾਪਤੀਆਂ ਲੈ ਕੇ ਜਾਣਗੇ। ਲੋਕ ਫੈਸਲਾ ਕਰਨਗੇ ਕਿ ਇੱਕ ਪਾਸੇ ਰਾਜਸ਼ਾਹੀ ਹੈਗੀ ਹੈ, ਇੱਕ ਪਾਸੇ ਅੰਨਾ ਕਮਾਇਆ ਹੋਇਆ ਪੈਸਾ ਹੈਗਾ, ਦੂਜੇ ਪਾਸੇ ਸਰਕਾਰ ਦੀ ਸੱਤਾ ਵੱਲ, ਧਨ ਵੱਲ, ਅਤੇ ਸਰਕਾਰ ਦਾ ਜਿਹੜਾ ਐਡਵਾਂਟੇਜ ਉਹਨਾਂ ਕੋਲ ਹੈਗਾ। ਇੱਕ ਡਾਕਟਰ ਗਾਂਧੀ ਹੈਗਾ, ਜਿਹੜਾ ਲੋਕਾਂ ਦੀ ਸੇਵਾ ਜੋ ਕਰਦਾ ਉੱਠ ਕੇ ਅੱਜ ਜੰਗੇ ਮੈਦਾਨ 'ਚ ਆਇਆ, ਔਰ ਭਾਜਪਾ ਸੱਤਾ ਨੂੰ ਚੈਲੇਂਜ ਕਰਨ ਵਾਸਤੇ ਕਾਂਗਰਸ ਪਾਰਟੀ ਦਾ ਪੱਲਾ ਫੜ ਕੇ ਇਸ ਇਤਿਹਾਸਕ ਮੋੜ ਉੱਤੇ ਇੱਕ ਦੇਸ਼ ਨੂੰ ਜੋ ਸੰਵਿਧਾਨ ਨੂੰ ਖਤਰਾ ਖੜਾ ਹੋਇਆ, ਜੋ ਧਰਮ ਨਿਰਪੱਖ ਚਰਿੱਤਰ ਨੂੰ ਖਤਰਾ ਖੜਾ ਹੋਇਆ, ਜੋ ਘੱਟ ਗਿਣਤੀਆਂ ਨੂੰ ਖਤਰਾ ਖੜਾ ਹੋਇਆ, ਜੋ ਉਹਨੂੰ ਇੱਕ ਚੁਣੌਤੀ ਤੌਰ 'ਤੇ ਲੈ ਕੇ ਅੱਜ ਉਮਰ ਦੇ ਇਸ ਪੜਾਅ 'ਤੇ ਵੀ ਅੱਜ ਉਹ ਜੰਗੇ ਮੈਦਾਨ 'ਚ ਹੈ, ਸ਼ੇਰ ਵਾਂਗੂ ਕਰ ਜਾਂਗੇ, ਇਹਨਾਂ ਨੂੰ ਹਰਾਵਾਂਗੇ। ਕਿਉਂਕਿ ਕੇਜਰੀਵਾਲ ਸਾਹਿਬ ਨਾਲ ਜਿਹੜਾ ਜਿਸ ਤਰ੍ਹਾਂ ਸਰਕਾਰ ਵਿਹਾਰ ਕਰ ਰਹੀ ਹੈ ਉਹ ਧੱਕਾ ਹੈਗਾ ਆ, ਇਹ ਨਹੀਂ ਹੋਣਾ ਚਾਹੀਦਾ। ਸਰਕਾਰ ਜਿਹੜੀ ਸਿਆਸੀ ਜਿਹੜੀ ਬਦਲਾਖੋਰੀ ਦੀ ਭਾਵਨਾ ਹੈਗੀ ਆ ਨਹੀਂ ਹੋਣੀ ਚਾਹੀਦੀ। ਜੇ ਕੋਈ ਬੰਦੇ ਨੇ ਕਸੂਰ ਕੀਤਾ, ਜੇ ਕੋਈ ਕਸੂਰਵਾਰ ਹੈ, ਕੋਰਟ ਫੈਸਲਾ ਕਰੂਗੀ। ਇਹ ਜਿਸ ਤਰ੍ਹਾਂ ਚੋਣਾਂ ਦੇ ਨੇੜੇ ਉਹਨੂੰ ਪ੍ਰਚਾਰ ਕਰਨ ਤੋਂ ਰੋਕਣਾ, ਸਿਆਸੀ ਸਰਗਰਮੀਆਂ ਨੂੰ ਰੋਕਣਾ, ਇਹ ਕਾਨੂੰਨੀ ਤੌਰ 'ਤੇ ਗਲਤ ਹੈ, ਸੰਵਿਧਾਨਕ ਤੌਰ 'ਤੇ ਗਲਤ ਹੈਗਾ। ਜੇ ਉਹਨਾਂ ਦੇ ਖਿਲਾਫ ਕੋਈ ਮੈਂ ਉਹਨਾਂ ਨੂੰ ਬਰੀ ਨਹੀਂ ਕਰਦਾ, ਮੈਂ ਕਿਸੇ ਨੂੰ ਬਰੀ ਨਹੀਂ ਕਰਦਾ ਜਦ ਤੱਕ ਉਹਨਾਂ ਕੋਰਟ ਇੱਕ ਕਾਨੂੰਨੀ ਪ੍ਰਕਿਰਿਆ ਰਾਹੀਂ ਬਰੀ ਨਹੀਂ ਕਰਦੀ ਹੈਗੀ। ਪਰ ਇਸ ਜੋ ਤਰੀਕਾ ਵਰਤਿਆ ਜਾ ਰਿਹਾ, ਜੋ ਧੱਕੇਸ਼ਾਹੀ ਵਰਤੀ ਜਾ ਰਹੀ ਹੈ, ਮੈਂ ਉਹਦੀ ਮੁਖਾਲਫਤ ਕਰਦਾ ਜੀ। ਜਦ ਮਿਲੀ ਸੀ ਪ੍ਰਚਾਰ ਵਾਸਤੇ ਜੇਲ੍ਹ ਦੇ ਵਿੱਚ ਬੈਠ ਗਏ ਉਹਨਾਂ ਨੂੰ? ਨਹੀਂ, ਇਹ ਤਾਂ ਕੋਰਟ ਦਾ ਕੰਮ ਹੈ ਦੇਖਣਾ, ਸਿਲੈਕਸ਼ਨ ਕਮਿਸ਼ਨ ਦਾ ਕੰਮ ਦੇਖਣਾ ਹੈਗਾ, ਦਿੱਲੀ ਦੇ LG ਦਾ ਕੰਮ ਦੇਖਣਾ ਕਿ ਸਰਕਾਰ ਜਿਹੜੀ ਜੇਲ੍ਹ 'ਚੋਂ ਚੱਲ ਸਕਦੀ ਨਹੀਂ ਚੱਲ ਸਕਦੀ, ਇਹ ਮੇਰਾ ਕੰਮ ਨਹੀਂ ਹੈ, ਮੈਂ ਇੱਥੇ ਕੋਈ ਫਤਵਾ ਨਹੀਂ ਦੇ ਸਕਦਾ ਜੀ। ਡਾਕਟਰ ਸਾਹਿਬ, ਇੱਕ ਟਕਸਾਲੀ ਤੁਹਾਡਾ ਵਿਰੋਧ ਕਰ ਰਿਹਾ ਸੀ ਕਿ ਉਹਨਾਂ ਨਾਲ ਕੋਈ ਰਾਜਾ ਵੜਿੰਗ ਜੀ ਮੀਟਿੰਗ? ਨਹੀਂ, ਸਾਰਾ ਕੁਝ ਠੀਕ ਹੋ ਜਾਊਗਾ ਜੀ। ਹਰ ਪਾਰਟੀ 'ਚ ਹੁੰਦਾ ਹੈਗਾ ਆ, ਹਰ ਇੱਕ ਬੰਦੇ ਨੂੰ ਆਪਣੀ ਸਿਆਸੀ ਇੱਛਾ ਸ਼ਕਤੀ, ਇੱਛਾ ਪਾਲਣ ਦਾ ਅਧਿਕਾਰ ਹੈਗਾ, ਚੁਣੇ ਜਾਣ ਦਾ ਅਧਿਕਾਰ ਆ, ਆਪਣਾ
ਜਿਹੜਾ ਕਲੇਮ ਕਰਦਾ ਅਧਿਕਾਰ ਹੈ ਉਹ ਇਸ ਅਧਿਕਾਰ ਦੀ ਵਰਤੋਂ ਕਰ ਰਿਹਾ। ਪਰ ਮੈਂ ਸਮਝਦਾ ਕਿ ਜਿਸ ਬੰਦੇ ਦੇ ਦਿਲ ਵਿੱਚ ਕਾਂਗਰਸ ਧੜਕਦੀ ਹੈ, ਜਿਸ ਬੰਦੇ ਦੇ ਦਿਲ ਵਿੱਚ ਜਮਹੂਰੀਅਤ ਧੜਕਦੀ, ਜਿਸ ਬੰਦੇ ਦੇ ਦਿਲ ਵਿੱਚ ਧਰਮ ਨਿਰਪੱਖਤਾ ਧੜਕਦੀ ਹੈ, ਸੰਵਿਧਾਨ ਧੜਕਦਾ ਹੈਗਾ, ਉਹ ਕਦੇ ਕਾਂਗਰਸ ਦਾ ਵਿਰੋਧੀ ਨਹੀਂ ਹੋ ਸਕਦਾ, ਕਦੇ ਕਾਂਗਰਸ ਨੂੰ ਨੁਕਸਾਨ ਨਹੀਂ ਪਹੁੰਚਾਊਗਾ। ਮੈਨੂੰ ਆਪਣੇ ਸਾਰੇ ਕਾਂਗਰਸੀ ਭਰਾਵਾਂ ਦਾ ਯਕੀਨ ਹੈ ਕਿ ਅੱਜ ਦੇਰ ਸਵੇਰ ਇੱਕ ਦੋ ਦਿਨ 'ਚ ਉਹ ਸਾਡੇ ਪ੍ਰਚਾਰ ਵਿੱਚ ਖੁੰਮ ਹੁੰਮ ਮਾ ਕੇ ਪੁੱਜਣਗੇ ਔਰ ਕਾਂਗਰਸ ਨੂੰ ਕਾਮਯਾਬ ਕਰਨਗੇ। ਠੀਕ ਹੈ, ਕਾਂਗਰਸ ਦਾ ਹੀ